ਸਰ ਜਿਹੜੇ ਕੋਈ ਠੇਕੇਦਾਰ ਇਹ ਮਾੜਾ ਮਟੀਰੀਅਲ ਲਾ ਰਿਹਾ, ਬਹੁਤ ਮਾੜਾ ਕੰਮ ਹੈ। ਮੈਂ ਜੋ ਹਰਸਿਮਰਤ ਰੋਜ਼ ਦਾਅਵੇ ਕਰਦੀ ਹੈ, ਪੰਜਾਬ ਸਰਕਾਰ ਨੂੰ ਕੋਚਦੀ ਹੈ ਵੀ ਅਸੀਂ ਏਮਜ ਲਿਆਂਦਾ, ਏਮਜ ਦੇ ਇਹ ਕੰਮ ਰੋਕਦੇ ਆ, ਉਹ ਕਰਦੇ ਆ, ਆਪ ਇਹ ਮੇਰੇ ਖਿਆਲ 'ਚ 2-3 ਵਾਰ ਇੱਥੇ ਆ ਕੇ ਦੌਰਾ ਕਰ ਚੁੱਕੀ ਹੈ, ਪਰ ਇਸ ਨੇ ਅਜੇ ਤੱਕ ਇਸ ਮਾੜੇ ਮਟੀਰੀਅਲ ਵੱਲ ਕੋਈ ਵੀ ਗੱਲ ਬੋਲੀ ਨਹੀਂ। ਇਹ ਹੋ ਸਕਦਾ ਵੀ ਇਹਨਾਂ ਦੇ ਠੇਕੇਦਾਰ ਹੋਣ, ਇਹਨਾਂ ਨਾਲ ਰਲੇਵੇ ਹੋਣ। ਪੰਜਾਬ ਸੂਬੇ ਦਾ ਬਹੁਤ ਵੱਡਾ ਪ੍ਰੋਜੈਕਟ ਹੈ, ਉਹ ਦੇਸ਼ ਦਾ ਅਤੇ ਪੰਜਾਬ ਦੇ ਲੋਕਾਂ ਦਾ ਇਕੱਲਾ ਖੂਨ ਪਸੀਨੇ ਦਾ ਪੈਸਾ ਖਾ ਰਹੇ ਹੈ। ਪੰਜਾਬ ਸਰਕਾਰ ਅਤੇ ਹਿੰਦੁਸਤਾਨ ਸਰਕਾਰ ਦੇ ਜੋ ਵੀ ਮੁਖੀ ਨੇ, ਉਹਨਾਂ ਮੁਖੀਆਂ ਨੂੰ ਮੇਰੀ ਬੇਨਤੀ ਹੈ ਲੋਕਾਂ ਵੱਲੋਂ ਕਿ ਇਹਨਾਂ ਲੋਕਾਂ ਦੇ ਖਿਲਾਫ CBI ਦੀ ਇਨਕੁਆਇਰੀ, ਵਿਜੀਲੈਂਸ ਦੀ ਇਨਕੁਆਇਰੀ ਸੈਂਪਲ ਭਰਵਾ ਕੇ ਜੋ ਪੰਜਾਬ ਦੇ ਲੋਕਾਂ ਦਾ ਖੂਨ ਦੇ ਪਸੀਨੇ ਦਾ ਪੈਸਾ ਹੈ ਉਹਦੀ ਜਾਂਚ ਕੀਤੀ ਜਾਵੇ ਔਰ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਦੋਸ਼ੀ। ਬਿਊਰੋ ਰਿਪੋਰਟ, ਆਵਾਜ਼ ਕੌਮ TV।